2 ਮਹੀਨੇ ਪਹਿਲਾਂ ਤੇਜਿੰਦਰ ਬੰਸਲ ਨਾਮ ਦਾ ਲੜਕਾ ਦਿੱਲੀ ਮਲਟੀਸਿਟੀ ਸਪੈਸ਼ਲਿਸਟ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦਾ ਹੈ ਤਾਂ ਡਾਕਟਰ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਤੁਹਾਡਾ ਆਪਰੇਸ਼ਨ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਉਸ ਆਪਰੇਸ਼ਨ ਦੇ ਦੌਰਾਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਅਤੇ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਸਾਨੂੰ ਦੱਸਿਆ ਨਹੀਂ ਗਿਆ ਅਤੇ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਨੂੰ ਪਟਿਆਲਾ ਅਮਰ ਹਸਪਤਾਲ ਦੇ ਵਿੱਚ ਤੁਸੀਂ ਲੈ ਜਾਓ। ਲੇਕਿਨ ਇਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਹਿਮ ਸੀ ਕਿ ਸਾਡੇ ਬੱਚੇ ਦੀ ਜੋ ਮੌਤ ਹੈ ਇੱਥੇ ਹੀ ਹੋ ਗਈ ਸੀ ਅਤੇ ਸਾਨੂੰ ਦੱਸਿਆ ਨਹੀਂ ਗਿਆ। ਹੁਣ 2 ਮਹੀਨੇ ਹੋ ਗਏ ਹਨ, ਡਾਕਟਰ ਸਾਹਿਬ ਤੇ ਇਹਨਾਂ ਨੇ ਦਰਖਾਸਤ ਵੀ ਦੇ ਰੱਖੀ ਹੈ ਅਤੇ ਹਾਈ ਕੋਰਟ ਵੱਲੋਂ ਵੀ ਆਰਡਰ ਹੈ, ਲੇਕਿਨ ਫਿਰ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰ ਅਤੇ ਨਾਲ ਜਥੇਬੰਦੀਆਂ ਨੇ ਧਰਨਾ ਲਗਾਇਆ ਹੋਇਆ ਹੈ ਕਿ ਜੋ ਡਾਕਟਰ ਰੁਪਿੰਦਰ ਹਨ ਜਿਨ੍ਹਾਂ ਨੇ ਕਿ ਆਪਰੇਸ਼ਨ ਕੀਤਾ ਸੀਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ, ਲੇਕਿਨ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਤਾਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ ਆਪਣਾ? ਊਸ਼ਾ ਬਾਂਸਲ। ਮੈਮ, ਕਿਵੇਂ ਲੱਗਿਆ ਕਿ ਡੈਥ ਜੋ ਹੈ ਆਪਰੇਸ਼ਨ ਦੌਰਾਨ ਡਾਕਟਰ ਸਾਹਿਬ ਦੀ ਗਲਤੀ ਨਾਲ ਹੋਈ ਹੈ? ਹਾਂਜੀ, ਡਾਕਟਰ ਸਾਹਿਬ ਦੀ ਗਲਤੀ ਨਾਲ ਹੋਈ ਹੈ ਜੀ, ਸਾਨੂੰ ਦੱਸਿਆ ਹੀ ਨਹੀਂ ਇਹਨੇ ਕੀ ਹੋਇਆ ਕੀ ਨਾ। ਸਾਨੂੰ ਤਾਂ 5 ਮਿੰਟ ਬਾਅਦ ਬੁਲਾ ਲਿਆ ਵੀ ਅੰਦਰ ਆ ਜਾਓ, ਜਦਕਿ ਡੈਡ ਹੋ ਚੁੱਕਿਆ ਸੀ ਬੇਟਾ। ਇਹਨੇ ਚੱਕ ਕੇ ਪਟਿਆਲੇ ਭੇਜਤਾ, ਪਟਿਆਲੇ ਵਾਲੇ ਕਹਿੰਦੇ ਵੀ ਇਹ ਤਾਂ 2 ਘੰਟੇ ਹੋ ਗਏ ਪੂਰਾ। ਤੁਸੀਂ ਕਹਿ ਰਹੇ ਹੋ ਕਿ ਡੈਡ ਹੋ ਚੁੱਕਿਆ ਸੀ ਬੱਚਾ ਇੱਥੇ, ਤੁਸੀਂ ਉਦੋਂ ਉਹਦੀ ਕੋਈ ਨਬਜ਼ ਦੇਖੀ ਸੀ ਦੱਬ ਕੇ ਵੀ ਉਹ ਡੈਡ ਹੋ ਚੁੱਕਿਆ? ਇਹਨੇ ਦੇਖਣ ਹੀ ਨਹੀਂ ਦਿੱਤੀ ਜੀ, ਕਹਿੰਦਾ ਮੈਂ ਨਾਲ ਚੱਲੂੰਗਾ। ਸਾਨੂੰ ਨਾ ਐਂਬੂਲੈਂਸ 'ਚ ਬੈਠਣ ਦਿੱਤਾ, ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ, ਨਾਲ ਵੀ ਨਹੀਂ ਗਿਆ, ਨਾਲ ਵੀ ਨਹੀਂ ਗਿਆ। ਤੁਹਾਨੂੰ ਦੱਸ ਦਈਏ ਕਿ 10 ਦਿਨ ਹੀ ਹਾਲੇ ਲੜਕੇ ਦੇ ਵਿਆਹ ਨੂੰ ਹੋਏ ਸੀ ਅਤੇ ਕਿਤੇ ਨਾ ਕਿਤੇ ਜੋ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀਗਾ ਉਹ ਮਾਤਮ ਦੇ ਵਿੱਚ ਬਦਲ ਗਿਆ, ਪੂਰਾ ਪਰਿਵਾਰ ਹੁਣ ਦੁਖੀ ਹੈ ਅਤੇ ਇਨਸਾਫ ਲੈਣ ਦੇ ਲਈ ਉਹਨੂੰ ਧਰਨਾ ਲਗਾਉਣਾ ਪੈ ਰਿਹਾ, ਗੱਲਬਾਤ ਕਰਾਂਗੇ। ਮੈਮ, ਕੀ ਨਾਮ ਹੈ ਆਪਣਾ? ਡਿੰਪਲ ਬੰਸਲ। ਤੁਹਾਡਾ ਕੀ ਲੱਗਦਾ ਸੀ ਤੇਜਿੰਦਰ ਜੀ? ਮੇਰਾ ਭਰਾ, ਸਾਡਾ 2 ਭੈਣਾਂ ਦਾ ਇਕੱਲਾ ਭਾਈ ਸੀ। ਹਾਂਜੀ, ਹਜੇ ਤੱਕ ਮੈਡਮ ਦੱਸ ਰਹੇ ਨੇ, ਤੁਹਾਡੇ ਮਦਰ ਦੱਸ ਰਹੇ ਨੇ ਕਿ ਸਾਨੂੰ ਹੱਥ ਲਗਾ ਕੇ ਦੇਖਣ ਵੀ ਨਹੀਂ ਦਿੱਤਾ ਗਿਆ। ਤਾਂ ਫਿਰ ਇੱਥੇ ਗੱਲ ਦਾ ਆਪਾਂ ਕਿਵੇਂ ਸ਼ੋਰ ਹੋਵਾਂਗੇ ਕਿ ਡੈਥ ਇੱਥੇ ਹੋ ਗਈ ਸੀ? ਉਹ ਅਮਰ ਹਸਪੀਟਲ 'ਚ ਉਹਨਾਂ ਨੇ ਕਿਹਾ ਨਾ ਜੀ ਇਹਦੀ ਡੈਥ ਨੂੰ 2-2.5 ਘੰਟੇ ਹੋ ਗਏ, ਤਾਂ ਅਸੀਂ ਸ਼ਿਓਰ ਹਾਂ ਕਿ ਡੈਥ ਹੋ ਚੁੱਕੀ ਸੀਗੀ। ਫਿਰ ਤੁਸੀਂ ਇਸਦੀ ਕੰਪਲੇਂਟ ਕੀਤੀ? ਹਾਂਜੀ, ਕੰਪਲੇਂਟ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋ ਰਹੀ 3 ਮਹੀਨੇ, ਤਾਂਹੀਓ ਅਸੀਂ ਇੱਥੇ ਧਰਨੇ 'ਤੇ ਬੈਠੇ ਹਾਂ, ਕਿਉਂਕਿ 3 ਮਹੀਨੇ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਇਨਸਾਫ ਨਹੀਂ ਮਿਲਿਆ ਜੀ। ਬਿਲਕੁਲ, ਦੁੱਖ ਦਾ ਸਦਮਾ ਇੰਨਾ ਜ਼ਿਆਦਾ ਹੈ ਕਿ ਉਹਨਾਂ ਬੋਲ ਵੀ ਨਹੀਂ ਪਾ ਰਹੇ, ਤਾਂ ਫਿਰ ਵੀ ਇੱਥੇ ਧਰਨੇ 'ਤੇ ਆਏ ਬੈਠੇ ਹਨ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ ਜੋ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ। ਡਾਕਟਰ ਸੋਰੀ ਵਕੀਲ ਮਨਪ੍ਰੀਤ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਨਪ੍ਰੀਤ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਸਾਰਾ ਇਹ ਵਾਕਿਆ ਹੋਇਆ ਹੈ? ਮਾਤਾ ਜੀ ਕਹਿ ਰਹੇ ਨੇ ਕਿ ਪੂਰੇ ਸਾਨੂੰ ਨਬਜ਼ ਅਸੀਂ ਨਬਜ਼ ਚੈੱਕ ਨਹੀਂ ਕੀਤੀ ਵੀ ਡੈਥ ਇੱਥੇ ਹੋ ਚੁੱਕੀ ਸੀਗੀ, ਕਿਸ ਤਰ੍ਹਾਂ ਲੱਗਾ ਕਿ ਡੈਥ ਇੱਥੇ ਹੋਈ? ਪਹਿਲਾਂ ਤਾਂ ਜੀ ਤੁਹਾਡਾ ਮੈਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚੇ ਅਤੇ ਤੁਹਾਡੇ ਰਾਹੀਂ ਇਹ ਬਹੁਤ ਸਾਰੇ ਲੋਕਾਂ ਨੂੰ ਹੌਸਲਾ ਮਿਲਣਾ। ਜਿੱਥੇ ਜਿੱਥੇ ਡਾਕਟਰ ਦੀ ਲਾਪਰਵਾਹੀ ਹੈ, ਅਸੀਂ ਇਹਨਾਂ ਨੂੰ ਰੱਬ ਦਾ ਦਰਜਾ ਦਿੱਤਾ ਹੋਇਆ, ਪਰ ਜਿੱਥੇ ਕੋਈ ਲਾਪਰਵਾਹੀ ਹੈ ਜੇ ਉੱਥੇ ਅਸੀਂ ਲਾਮਬੰਦ ਹੋ ਜਾਈਏ, ਇਸ ਤਰ੍ਹਾਂ ਲੜਾਈ ਲੜੀਏ। ਮਾਨਯੋਗ ਹਾਈ ਕੋਰਟ ਤੋਂ ਡਾਇਰੈਕਸ਼ਨਸ ਹੋਈਆਂ ਨੇ ਪਰਚਾ ਦਰਜ ਕਰਨ ਦੀਆਂ, ਅੱਜ ਆ ਪਰਿਵਾਰ ਫਿਰ ਵੀ ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਕੋਈ ਨਾਮੋਸ਼ ਹੋ ਕੇ ਘਰੇ ਨਹੀਂ ਬੈਠੇ ਅਤੇ ਇਹਨਾਂ ਦੀ ਗ੍ਰਿਫਤਾਰੀ ਕਰਾ ਕੇ ਅਸੀਂ ਇੱਥੇ ਹਟਾਂਗੇ ਅਤੇ ਗ੍ਰਿਫਤਾਰੀ ਤੋਂ ਬਾਅਦ ਹੀ ਅਸੀਂ ਇੱਥੋਂ ਉੱਠਾਂਗੇ। ਜਦੋਂ 30-8 ਨੂੰ ਸਾਰੇ ਜਿਹੜੇ ਟੈਸਟ ਰਿਪੋਰਟ ਸਾਰੀਆਂ ਨੋਰਮਲ ਆਉਂਦੀਆਂ ਨੇ, ਜਿਹੜੀ ਇੱਕ ਸਰਜਰੀ ਲਈ ਚਾਹੀਦੀਆਂ ਹੁੰਦੀਆਂ ਨੇ, ਈਵਨ ECG ਬਲੱਡ ਟੈਸਟ ਵਗੈਰਾ ਸਾਰੇ ਉਹ ਨੋਰਮਲ ਆਏ, ਅਤੇ ਸ਼ਾਮ ਨੂੰ ਇਹਨਾਂ ਨੇ ਉਹਨਾਂ ਨੂੰ ਨੋਰਮਲ ਓਕੇ ਕਰਕੇ ਵੀ ਓਪਰੇਸ਼ਨ ਲਈ ਓਕੇ ਕਰ ਦਿੱਤਾ ਗਿਆ। ਸ਼ਾਮ ਨੂੰ 8 ਵਜੇ
ਉਹ ਤੋਂ ਬਾਅਦ ਇਹਨਾਂ ਨੂੰ ਉੱਥੇ ਬੁਲਾਇਆ ਗਿਆ। ਉਸ ਦਿਨ 8 ਆਪਰੇਸ਼ਨ ਸੀਗੇ। ਪਹਿਲੀ ਗੱਲ ਤਾਂ ਜਿਹੜੇ ਪ੍ਰਾਈਵੇਟ ਅਦਾਰੇ ਨੇ, ਇੱਕ ਵਪਾਰ ਦਾ ਕੰਮ ਬਣ ਗਿਆ। ਇਹਨਾਂ ਨੇ ਕੋਈ ਸੇਵਾ ਜਾਂ ਕੋਈ ਵੀ ਸਮਾਜ ਨੂੰ ਕੋਈ ਡਾਇਰੈਕਸ਼ਨਸ ਨਹੀਂ ਦੇਣੀ। ਇੱਕ ਦਿਨ 'ਚ 8-8 ਆਪਰੇਸ਼ਨ ਕਰਨੇ। 6ਵਾਂ ਨੰਬਰ ਸਾਡੇ ਤੇਜਿੰਦਰ ਬਾਂਸਲ ਦਾ ਸੀਗਾ। ਜਦੋਂ ਇਹਨੂੰ ਅੰਦਰ ਲਿਜਾਇਆ ਗਿਆ 5-7 ਮਿੰਟਾਂ 'ਚ, ਦਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ, ਉੱਥੇ ਕੀ ਹੋਇਆ, ਕੀ ਉੱਥੇ ਡੋਜ਼ ਜ਼ਿਆਦਾ ਲੱਗੇਗੀ, ਕੀ ਉੱਥੇ ਇੰਸਟੈਂਟ ਡੋਜ਼ ਹੋਈ ਜਾਂ ਕੁਛ ਵੀ ਹੋਇਆ। ਉਹ ਦੇਖੋ ਹਲੇ ਸਾਡਾ ਜੋ ਪੜਤਾਲ ਹੈ ਉਹ ਪੜਤਾਲ ਤਫਤੀਸ਼ ਦੇ ਦੌਰਾਨ ਹਲੇ ਸਾਹਮਣੇ ਆਊਗਾ। ਪਰ ਉਹ ਤੋਂ ਬਾਅਦ ਪਰਿਵਾਰ ਨੂੰ ਕਿਹਾ ਜਾਂਦਾ ਵੀ ਇਹਨੂੰ ਹਾਰਟ ਅਟੈਕ ਆ ਗਿਆ, ਕਾਰਡਿਕ ਅਰੈਸਟ ਆ ਗਿਆ, ਇਹਨੂੰ ਅਮਰ ਹਸਪਤਾਲ ਲੈ ਜਾਓ। ਇਹ ਪਰਿਵਾਰ ਕਿਹਾ ਵੀ ਇੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਹਾਰਟ ਅਟੈਕ ਆ ਗਿਆ, ਉਹ ਆਪਰੇਸ਼ਨ ਦੇ ਦੌਰਾਨ ਆਇਆ ਜਾਂ ਆਪਰੇਸ਼ਨ ਤੋਂ ਪਹਿਲਾਂ ਆ ਗਿਆ ਸੀਗਾ? ਜਿਹੜਾ ਇਹਨੇ ਰਿਪੋਰਟ ਸਾਨੂੰ ਪੇਸ਼ੈਂਟ ਫਾਈਲ ਦਿੱਤੀ ਹੈ ਉਹਦੇ ਥੱਲੇ ਇਹਨੇ ਕਾਰਡਿਕ ਅਰੈਸਟ ਲਿਖਿਆ ਹੋਇਆ, ਉੱਥੇ ਇਹਨੇ ਟਿੱਕ ਕੀਤੀ ਹੋਈ ਹੈ। ਜਿਹੜੀ ਪੇਸ਼ੈਂਟ ਫਾਈਲ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ, ਉਹਦੀ ਅਸੀਂ ਫੋਟੋ ਕਾਪੀ ਆਪਣੇ ਕੋਲ ਰੱਖ ਲਈ, ਅਤੇ ਮੇਨ ਜਿਹੜੀ ਓਰੀਜਨਲ ਪੇਸ਼ੈਂਟ ਫਾਈਲ ਸੀ ਉਹ ਅਸੀਂ ਸਿਟੀ 1 ਨੂੰ ਸਪੁਰਦ ਕਰ ਦਿੱਤੀ, ਜਿਹੜਾ ਆਈਓ ਸੀਗਾ ਗੁਰਚਰਨ ਸਿੰਘ। ਉਹ ਤੋਂ ਬਾਅਦ ਕੀ ਹੁੰਦਾ, ਇੱਕ ਸਿੰਪਲ DDR ਕੱਢਦੀ ਹੈ, ਬਜ਼ੁਰਗਾਂ ਦੇ ਸਾਈਨ ਕਰਾਏ ਜਾਂਦੇ ਨੇ ਕਿ ਅਸੀਂ ਜਿਹੜੀ ਵੀ ਕੋਈ ਫਰਦਰ ਕਾਰਵਾਈ ਹੈ ਉਹ ਜਨਜਿਕਰ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਅਸੀਂ ਕਰਾਉਣ ਦੇ ਪਾਬੰਦ ਨਹੀਂ ਹੋਵਾਂਗੇ। ਇਹਨਾਂ ਦੇ ਨੌਜਵਾਨ ਮੁੰਡੇ ਦੀ ਮੌਤ ਹੋਈ ਸੀ, ਇਹਨਾਂ ਨੂੰ ਨਹੀਂ ਪਤਾ ਇਹਨਾਂ ਤੋਂ ਕਿੱਥੇ ਸਾਈਨ ਕਰਾਏ ਗਏ। ਉਹ ਤੋਂ ਬਾਅਦ ਇੱਕ ਐਪਲੀਕੇਸ਼ਨ ਅਸੀਂ 2-9 ਨੂੰ ਮਾਨਯੋਗ ਸਾਡੇ SSP ਸਾਹਿਬ ਦੇ ਦਿੰਦੇ ਹਾਂ ਵੀ ਭਾਈ ਜੋ ਸਾਡੇ ਨੌਜਵਾਨ ਨਾਲ ਹੋਈ ਇੱਕ ਮੌਤ ਹੋਈ ਹੈ, ਮੈਡੀਕਲ ਨੈਗਲੀਜੈਂਸ ਹੈ, ਉਹ 'ਤੇ ਪੜਤਾਲ ਕਰਕੇ ਉੱਤੇ ਪਰਚਾ ਦਰਜ ਕੀਤਾ ਜਾਵੇ। ਉਹ ਤੋਂ ਬਾਅਦ SSP ਸਾਹਿਬ ਦੀ ਡਾਇਰੈਕਸ਼ਨ 'ਤੇ ਇੱਕ ਬੋਰਡ ਆਫ ਡਾਕਟਰਸ ਬਣਦਾ। ਪਰ ਉਹਦੇ ਦੌਰਾਨ ਹੀ ਕੀ ਹੁੰਦਾ, ਜਿਹੜੀ ਅਸੀਂ ਪੇਸ਼ੈਂਟ ਫਾਈਲ ਇਹਨਾਂ ਨੂੰ ਦਿੱਤੀ ਸੀ, IO ਸਾਹਿਬ ਨੂੰ ਦਿੱਤੀ ਸੀ, ਪੁਲਿਸ ਦੀ ਕਸਟਡੀ ਦੇ ਵਿੱਚ ਸੀਗੀ, ਉਹਦੇ ਵਿੱਚ ਟੈਂਪਰਡ ਹੁੰਦਾ, ਇਹ ਜਾ ਕੇ ਦੇਖਦੇ ਨੇ ਉਹਦੇ ਵਿੱਚ ਮੇਨ ਜਿਹੜੀਆਂ ਡਰੱਗਸ ਨਹੀਂ ਦਿੱਤੀਆਂ ਹੋਈਆਂ ਉਹ ਡਰੱਗਸ ਐਡ ਆਨ ਕਰਕੇ ਉੱਥੇ ਇੱਕ ਨਵੀਂ ਰਿਪੋਰਟ ਸਬਮਿਟ ਕੀਤੀ ਜਾਂਦੀ ਹੈ। ਅਸੀਂ ਉਹਦੀ ਫੋਟੋ ਕਲਿੱਕ ਕਰਦੇ, ਅਸੀਂ ਰੌਲਾ ਪਾਉਂਦੇ ਹਾਂ, ਇੱਕ ਐਪਲੀਕੇਸ਼ਨ SSP ਸਾਹਿਬ ਨੂੰ ਵੀ ਦਿੰਦੇ ਹਾਂ ਵੀ ਤੁਹਾਡੀ ਕਸਟਡੀ 'ਚ, ਪੁਲਿਸ ਦੀ ਕਸਟਡੀ 'ਚ ਇਹ ਟੈਂਪਰਡ ਹੋਏ ਨੇ, ਇਹ ਫੋਰਜਰੀ ਹੋਈ ਹੈ, ਜਿਹੜੇ ਇੰਜੈਕਸ਼ਨਸ ਨਹੀਂ ਲੱਗੇ ਗਏ ਉਦੋਂ ਪਹਿਲਾਂ ਉਹ ਬਾਅਦ 'ਚ ਐਡ ਆਨ ਕਰਕੇ ਇਹਨਾਂ ਨੇ ਸਬਮਿਟ ਕਰਾਏ ਨੇ। ਸਾਡੀ ਨਹੀਂ ਸੁਣਵਾਈ ਹੁੰਦੀ। ਉਹ ਤੋਂ ਬਾਅਦ ਅਸੀਂ 4/11 ਨੂੰ ਮਾਨਯੋਗ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਾਂਦੇ ਹਾਂ। ਮੈਂ ਧੰਨਵਾਦ ਕਰਦਾ ਅਤੇ ਤੁਹਾਡੇ ਰਾਹੀਂ, ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਕਹਿਣਾ ਜੇ ਕਿਸੇ ਨਾਲ ਵੀ ਧੱਕਾ ਹੁੰਦਾ ਤਾਂ ਇੱਕ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਓ, ਨਮੋਸ਼ ਹੋ ਕੇ ਘਰਾਂ 'ਚ ਨਾ ਬੈਠੋ। ਜੇ ਅੱਜ ਅਸੀਂ ਨਮੋਸ਼ ਹੋ ਕੇ ਬੈਠੇ ਹੁੰਦੇ ਤਾਂ ਅਸੀਂ ਇਹ ਪਰਚਾ ਨਾ ਦਰਜ ਕਰਾ ਪਾਉਂਦੇ। ਉਹ ਡਾਇਰੈਕਸ਼ਨਸ ਹੁੰਦੀਆਂ ਨੇ, SSP ਸਾਹਿਬ ਨੂੰ ਤਾੜਨਾ ਹੁੰਦੀ ਹੈ, ਝਾੜ ਵੀ ਪੈਂਦੀ ਹੈ ਵੀ ਤੁਸੀਂ FIR ਕਿਉਂ ਨਹੀਂ ਲੌਂਚ ਕੀਤੀ। 30-8 ਦੀ ਮੌਤ ਹੋਈ ਹੋਈ ਹੈ ਅਤੇ 7/11 ਨੂੰ ਇਮੀਡੀਏਟਲੀ 2 ਘੰਟਿਆਂ 'ਚ SSP ਸਾਹਿਬ ਨੂੰ ਉੱਥੇ ਪਰਚਾ ਦਰਜ ਕਰਨਾ ਪੈਂਦਾ। 190 ਨੰਬਰ ਜਿਹ 'ਚ 336-2, 336-3 ਅਤੇ 340 ਇਹ ਸਾਰੀ ਫੌਰਜਰੀ ਜਿਹੜੀਆਂ ਧਾਰਾਵਾਂ ਲਾ ਕੇ ਜਿਹੜੇ ਉਹਨੇ ਡਾਕੂਮੈਂਟ ਟੈਂਪਰ ਕੀਤੇ ਨੇ ਉਹਦੀ ਇੱਕ ਪਰਚਾ ਦਰਜ ਹੁੰਦਾ। ਡਾਕਟਰ ਰੁਪਿੰਦਰ ਸਿੰਗਲਾ ਜੋ ਰੁਪਿੰਦਰ ਗਰਗ ਵੀ ਕਿਹਾ ਜਾਂਦਾ। ਅਤੇ ਉਹ ਤੋਂ ਬਾਅਦ ਕੀ ਹੁੰਦਾ, ਅੱਜ 23/11 ਹੋ ਗਈ ਜੀ, 7/11 ਦਾ ਪਰਚਾ ਹੁੰਦਾ, ਅੱਜ ਤੱਕ ਉਹਦੀ ਅਰੈਸਟ ਨਹੀਂ ਕੀਤੀ ਜਾਂਦੀ। ਜਿਹੜਾ 336-3 ਹੈ ਇਹ ਨੌਨ ਅਵੇਲੇਬਲ ਹੈ, ਇਹਦੇ ਫੌਰਨ ਪੁਲਿਸ ਬਿਨਾਂ ਨੋਟਿਸ ਤੋਂ ਇਹ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਦੀ ਨਾਲ ਅਰੈਸਟ ਕਰ ਸਕਦੀ ਹੈ। ਪਰ ਅੱਜ ਵੀ ਅਸੀਂ ਉਹ ਸੰਘਰਸ਼ 'ਚ ਬੈਠੇ ਹਾਂ, ਇਹਨੂੰ ਅੰਦਰ ਕਰਾ ਕੇ ਇਹਦਾ ਹਸਪਤਾਲ ਬੰਦ ਕਰਾ ਕੇ ਅਸੀਂ ਫਿਰ ਉੱਠਾਂਗੇ। ਸਾਡੇ ਤੇਜਿੰਦਰ ਬਾਂਸਲ ਦੀ ਮੌਤ ਦਾ ਜੋ ਜਸਟਿਸ ਹੈ ਅਸੀਂ ਬਾਈਕੋਟ ਲੈ ਲਾਂਗੇ। ਇਹ ਪਰਿਵਾਰ ਨੂੰ ਤਾਂ ਨਹੀਂ ਮਿਲਣਾ ਪਰ ਕਾਗਜ਼ਾਂ 'ਚ ਅਸੀਂ, ਮੈਂ ਇੱਕ ਵਕੀਲ ਦੇ ਤੌਰ 'ਤੇ ਇਹ ਚਾਹਾਂਗਾ ਵੀ ਇੱਥੇ ਇਨਸਾਫ਼ ਮਿਲੇ। ਪਰ ਜਿੰਨਾ ਚਿਕਰ ਅਸੀਂ ਸੜਕਾਂ 'ਤੇ ਨਹੀਂ ਬਹਿੰਦੇ, ਜਿੰਨੇ ਡਾਕਟਰੀ ਲਾਪਰਵਾਹੀ ਇੰਨੀ ਗਹਿਲੀਆਂ ਕਰਕੇ ਲੋਕ ਆ ਕੇ ਨਹੀਂ ਆਏ ਇਸ ਤਰ੍ਹਾਂ ਹਸਪਤਾਲ ਰੋਕਦੇ, ਅਤੇ ਇਹਨਾਂ ਦੀ ਮਨਮਰਜ਼ੀ ਹੈ, ਇਹਨਾਂ ਦਾ ਮਾਫੀ ਇਸ ਤਰ੍ਹਾਂ ਬੁਲੰਦ ਰਹੂਗਾ। ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਮਾਣਯੋਗ SSP ਸਾਹਿਬ ਨੂੰ ਕਰਦੇ ਹਾਂ ਕਿ ਤੁਹਾਡੇ ਤਾਂ ਇਹ ਗੱਲ ਧਿਆਨ 'ਚ ਹੈ, ਹਾਈ ਕੋਰਟ ਨੇ ਤੁਹਾਨੂੰ ਝਾੜਤਾਂ ਵੀ ਕੀਤੀ ਹੋਈ ਹੈ, ਤੁਹਾਨੂੰ ਡਾਇਰੈਕਸ਼ਨਸ ਵੀ ਕੀਤੀਆਂ ਹੋਈਆਂ ਨੇ, ਹਾਲੇ ਵੀ ਤੁਸੀਂ ਉਹਨੂੰ ਜਿਹੜਾ ਡਾਕਟਰ ਹੈ ਉਹਨੂੰ ਫੜ ਨਹੀਂ ਰਹੇ। ਪਰ ਅੱਜ ਅਸੀਂ ਇੱਥੇ ਬੈਠੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਚੱਲਦੀ ਹੈ, ਜਿੰਨਾ ਚੱਕਰ ਉਹਨੂੰ ਅੰਦਰ ਕਰਕੇ ਹਸਪਤਾਲ ਬੰਦ ਨਹੀਂ ਹੁੰਦਾ ਅਸੀਂ ਨਹੀਂ ਉੱਠਾਂਗੇ। ਨਹੀਂ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਸ ਡਾਕਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹ ਇਸ ਧਰਨੇ ਤੋਂ ਉਹਨਾਂ ਚਿਰ ਨਹੀਂ ਉੱਠਣਗੇ। ਸਾਡੇ ਨਾਲ ਡਾਕਟਰ
ਰੁਪਿੰਦਰ ਜੀ ਦੇ ਫਾਦਰ ਸਾਹਿਬ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਸਾਰਾ ਇਹ ਵਾਕਿਆ ਹੋਇਆ, ਜੋ ਜੋ ਬਾਹਰ ਧਰਨਾ ਲੱਗਿਆ ਹੋਇਆ ਹੈ। ਸਰ ਕੀ ਨਾਮ ਹੈ ਆਪਣਾ? ਮੇਰਾ ਨਾਮ ਰਮੇਸ਼ ਗਰਗ ਹੈ ਜੀ, ਮੈਂ ਡਾਕਟਰ ਰੁਪਿੰਦਰ ਡੈਡੀ ਹਾਂ ਜੀ। ਗਰਗ ਸਾਹਿਬ, ਧਰਨਾ ਲੱਗਿਆ ਹੋਇਆ ਹੈਗਾ, ਕਹਿ ਰਹੇ ਨੇ ਕਿ ਪੁਲਿਸ ਗ੍ਰਿਫਤਾਰ ਨਹੀਂ ਕਰੀ ਡਾਕਟਰ ਸਾਹਿਬ ਨੂੰ। ਸਰ ਇਸ ਦੀ ਪੂਰੀ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਪੁਲਿਸ ਵੱਲੋਂ, ਅਤੇ ਡਾਕਟਰ ਜੋ ਬੋਰਡ ਆਫ ਡਾਕਟਰਜ਼ ਵੱਲੋਂ ਵੀ ਇਹਦੀ ਇਨਵੈਸਟੀਗੇਸ਼ਨ ਹੋ ਚੁੱਕੀ ਹੈ, ਜਿਹੜੀ ਕਿ ਮਾਣਯੋਗ ਸੁਪਰੀਮ ਕੋਰਟ, ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਬੋਰਡ ਬਣਾਇਆ ਗਿਆ ਸੀ। ਅਤੇ ਰਜਿੰਦਰਾ ਹੋਸਪਿਟਲ ਦੇ ਵਿੱਚੋਂ ਪ੍ਰੋਫੈਸਰ ਲੋਕ, CMO ਸਾਹਿਬ, ACMO ਸਾਹਿਬ ਸਾਰੇ ਮੈਂਬਰ ਸੀ। ਉਹਨਾਂ ਨੇ ਇਹਦੇ ਵਿੱਚ ਬਿਲਕੁਲ ਕਲੀਅਰ ਕੀਤਾ ਵੀ ਅੰਥੀਸੀਆ ਦੌਰਾਨ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਨਹੀਂ ਵਰਤੀ ਗਈ ਡਾਕਟਰ ਰਾਹੁਲ ਵੱਲੋਂ, ਅਤੇ ਨਾ ਹੀ ਕੋਈ ਗਲਤ ਦਵਾਈ ਦਿੱਤੀ ਗਿਆ, ਨਾ ਹੀ ਕੋਈ ਟੈਂਪਰਿੰਗ ਕੀਤੀ ਗਈ ਆ। ਇਹ ਓਪਰੇਸ਼ਨ ਦੌਰਾਨ ਚੱਲ ਰਹੀ ਮੈਡੀਸਿਨ ਨੂੰ ਦਰਜ ਕਰਨ ਵਾਸਤੇ ਇਹ ਟੈਂਪਰਿੰਗ ਕਹਿੰਦੇ ਨੇ, ਉਹਦੇ 'ਚ ਕੋਈ ਕਟਿੰਗ ਨਹੀਂ ਹੈਗੀ। ਇੱਕ ਸਰ ਮਿਸਯੂਜ ਕਰ ਰਹੇ ਨੇ ਉਹਨੂੰ, ਪੁਲਿਸ 'ਤੇ ਪ੍ਰੈਸ਼ਰ ਬਣਾ ਰਹੇ ਨੇ ਵੀ ਸਾਨੂੰ ਪੁਲਿਸ ਜਿਹੜੀ ਹੈਗੀ ਐਜ਼ ਪਰ ਸੁਪਰੀਮ ਕੋਰਟ ਆਰਡਰ ਇੱਕ ਡਾਕਟਰ ਨੂੰ ਨਹੀਂ ਅਰੈਸਟ ਕਰ ਸਕਦੀ ਜਦ ਤੱਕ ਉਹਦੇ 'ਤੇ ਐਲੀਗੇਸ਼ਨ ਬੋਰਡ ਆਫ ਡਾਕਟਰ ਨਹੀਂ ਕਰਦਾ। ਬੋਰਡ ਆਫ ਡਾਕਟਰ ਨੇ ਸਾਰੇ ਡਾਕਟਰਜ਼ ਨੂੰ, ਡਾਕਟਰ ਰਾਹੁਲ ਨੂੰ, ਡਾਕਟਰ ਰੁਪਿੰਦਰ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੈਗਲੀਜੈਂਸ ਵਿੱਚ ਨਹੀਂ ਯੂਜ ਕੀਤਾ ਗਿਆ। ਜਦੋਂ ਕਿ ਸਾਰੀ ਇਹ ਇਨਕੁਆਇਰੀ ਡਾਕਟਰ ਰਾਹੁਲ ਵੱਲੋਂ ਦਿੱਤੇ ਇੰਤਜ਼ਾਮ ਦੀ ਸੀ। ਸਰ ਜੋ ਪਰਿਵਾਰ ਹੈ ਉਹਨਾਂ ਦਾ, ਉਹ ਕਹਿ ਰਹੇ ਨੇ ਕਿ ਜਦੋਂ ਡੈਥ ਹੋਈ ਹੈ ਤਾਂ ਉਸ ਤੋਂ ਬਾਅਦ ਉਹ ਹੋਸਪਿਟਲ ਲੈ ਗਏ ਨੇ, ਡੈਥ ਹੈ ਜੋ ਇੱਥੇ ਹੋ ਗਈ ਸੀ, ਅਤੇ ਅਮਰ ਹੋਸਪਿਟਲ ਦੇ ਡਾਕਟਰਾਂ ਨੂੰ ਉਹਨਾਂ ਨੂੰ ਕਿਹਾ ਗਾ, ਉਹਨਾਂ ਦੇ ਘਰਦਿਆਂ ਦਾ ਕਹਿਣਾ ਗਾ ਵੀ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਉੱਥੇ ਕਿ 2 ਘੰਟੇ ਪਹਿਲਾਂ ਡੈਥ ਹੋ ਗਈ ਸੀਗੀ, ਅਤੇ ਸਾਨੂੰ ਡਾਕਟਰ ਸਾਹਿਬ ਨੇ ਐਂਬੂਲੈਂਸ ਦੇ ਵਿੱਚ ਹੀ ਬੈਠਣ ਨਹੀਂ ਦਿੱਤਾ ਵੀ ਅਸੀਂ ਆਪ ਜਾਵਾਂਗੇ, ਅਤੇ ਨਾਲੇ ਆਪ ਵੀ ਨਹੀਂ ਗਏ। ਤੁਸੀਂ ਦੱਸੋ ਇੱਕ ਹਿਊਮਨਿਟੀ ਬੇਸ 'ਤੇ ਕੋਈ ਵੀ ਪੇਸ਼ੈਂਟ ਦੇ ਪੇਰੈਂਟਸ ਨੂੰ, ਰਿਲੇਟਿਵ ਨੂੰ ਕੋਈ ਡਾਕਟਰ ਕੀ ਐਂਬੂਲੈਂਸ ਵਿੱਚ ਬੈਠਣ ਤੋਂ ਰੋਕ ਸਕਦਾ ਹੈਗਾ? ਇਹ ਬਲੇਮ ਝੂਠੇ ਨੇਗੇ, ਇੱਕ ਬਲੇਮ ਗੇਮ ਖੇਡ ਕੇ ਹੀ ਸਾਨੂੰ ਦਬਾਅ ਪਾਇਆ ਜਾ ਰਿਹਾ। ਦੂਸਰੀ ਗੱਲ, ਮੈਡੀਕਲ ਰਿਪੋਰਟ ਦੇ ਅਨੁਸਾਰ ਜਿਹੜਾ ਬਲੇਮ ਲਗਾਇਆ ਇਹਨਾਂ ਨੇ, ਵਿਦਿਨ 6 ਆਵਰਸ ਕੋਈ ਵੀ ਡਾਕਟਰ ਦੁਨੀਆ ਦਾ ਇਹ ਨਹੀਂ ਦੱਸ ਸਕਦਾ ਵੀ ਕਿੰਨੇ ਘੰਟੇ ਪਹਿਲਾਂ ਇਹਦੀ ਡੈਥ ਹੋਈ ਆ। ਇਹ ਮੈਨੀਪੁਲੇਟਡ, ਮਨਘੜੰਤ ਦੋਸ਼ ਕਹਾਣੀ ਬਣਾਈ ਗਈ ਹੈ। ਮੈਡੀਕਲ ਬੋਰਡ ਨੇ, ਜਿਹੜੇ ਕਿ ਪ੍ਰੋਫੈਸਰ ਨੇ, ਉਹਨਾਂ ਨੇ ਵੀ ਇਹ ਕਲੀਅਰ ਕੀਤਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੈਗਲੀਜੈਂਸ ਨਹੀਂ ਵਰਤੀ। ਸਰ ਕਿਵੇਂ ਦੇਖਦੇ ਹੋ ਹੁਣ ਜੋ ਤੁਹਾਡੇ ਕੋਲ ਇਹ ਕਾਗਜ਼ ਪੱਤਰ ਨੇ, ਇਹਨਾਂ ਦੇ ਆਧਾਰ 'ਤੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਇਕੱਲੇ ਕਾਗਜ਼ ਪੱਤਰ ਦੇ ਆਧਾਰ 'ਤੇ ਨਹੀਂ ਜੀ, ਅਸੀਂ ਨੈਚੁਰਲ ਤੌਰ 'ਤੇ ਵੀ ਕਹਿੰਦੇ ਹਾਂ, ਇੱਕ ਇਨਸਾਨੀ ਤੌਰ 'ਤੇ ਵੀ ਕਹਿੰਦੇ ਹਾਂ ਵੀ ਜੇ ਇਹਨਾਂ ਦਾ ਬੇਟਾ ਨੂੰ ਡੈਥ ਹੋਈ ਆ, ਅਸੀਂ ਵੀ ਇੱਕ ਇਨਸਾਨ ਤੌਰ 'ਤੇ ਕਹਿੰਦੇ ਹਾਂ ਬੱਚੇ ਡੈਥ ਹੋਈ ਆ, ਪਰ ਇੱਕ ਨੈਚੁਰਲ ਡੈਥ ਹੋਈ ਆ। ਮੈਡੀਕਲ ਰੈਫਰੈਂਸ ਦੇ ਵਿੱਚ ਵੀ ਕਰੋਨਾ ਤੋਂ ਬਾਅਦ ਯੂਥ ਦੇ ਵਿੱਚ ਕਾਰਡੀਕ ਅਰੈਸਟ ਇਜ ਨੋਰਮਲ ਇਨ ਨੋਰਮਲ ਹਾਰਟ। ਇਹ ਲੋਕ ਆਪਦੀ, ਮੈਂ ਨਹੀਂ ਕਹਿੰਦਾ ਅਨਪੜ੍ਹ ਨੇਗੇ, ਮੈਂ ਤਾਂ ਇਹ ਕਹਿੰਦਾ ਸਾਡੇ 'ਤੇ ਨਜਾਇਜ਼ ਦਬਾਅ ਪਾਉਣ ਵਾਸਤੇ ਕਿਸੇ ਗਲਤ ਮਕਸਦ ਨਾਲ, ਇਹ ਪਰਮਾਤਮਾ ਜਾਣਦਾ ਵੀ ਕੀ ਮਕਸਦ ਨਾਲ, ਮੈਂ ਨਹੀਂ ਉੱਪਰ ਨਹੀਂ ਕਹਿੰਦਾ, ਜੇ ਕਹਿ ਵੀ ਦਊਂਗਾ ਤਾਂ ਮੈਨੂੰ ਸ਼ੱਕ ਵੀ ਨਹੀਂ ਆਇਆ ਕੋਈ, ਸਾਨੂੰ ਮਿਸਯੂਜ ਕਰਕੇ ਪੁਲਿਸ 'ਤੇ ਪ੍ਰੈਸ਼ਰ ਜ਼ੋਰ ਪਾ ਕੇ ਸਾਨੂੰ ਕਹਿੰਦੇ, ਹੁਣ ਇਹ ਪੁਲਿਸ ਨੂੰ ਕਹਿੰਦੇ ਨੇ ਵੀ ਪੁਲਿਸ ਅਰੈਸਟ ਨਹੀਂ ਕਰ ਰਹੀ। ਤੁਸੀਂ ਸਰ ਕਹਿ ਰਹੇ ਹੋ ਕਿ ਪੁਲਿਸ, ਇਹ ਕਹਿੰਦੇ ਨੇ ਕਿ ਪੁਲਿਸ ਅਰੈਸਟ ਨਹੀਂ ਕਰਦੀ, ਤਾਂ ਫਿਰ ਡਾਕਟਰ ਸਾਹਿਬ ਨੂੰ ਉਹ ਗੱਲ ਕਰਨਾ ਚਾਹੁੰਦੇ ਨੇ, ਤਾਂ ਡਾਕਟਰ ਸਾਹਿਬ ਕਿੱਥੇ ਨੇ ਜੀ? ਹਾਂ, ਜਿਹੜੀ ਡਾਕਟਰ ਸਾਹਿਬ ਅੱਜ ਚਿੰਤਪੁਰਨੀ ਮਾਤਾ ਨੇ, ਅਤੇ ਉਹ ਗਏ ਸੀ ਪਹਿਲਾਂ ਮਹਿੰਦੂਰ ਬਾਲਾ ਜੀ ਗਏ ਸੀਗੇ, ਕਿਉਂਕਿ ਇੱਕ ਸਮਾਜਿਕ ਦੇ ਵਿੱਚ ਜੋ ਕੁਛ ਦਬਾਅ ਪ੍ਰੈਸ਼ਰ ਪਾ ਰਹੇ ਨੇਗੇ,
ਪੁਲਿਸ ਨੂੰ ਬਲੈਕਮੇਲ ਕਰ ਰਹੇ ਨੇ, ਅੱਜ ਵੀ ਬਲੈਕਮੇਲਿੰਗ ਦੀ ਕੰਮ ਹੋ ਰਹੀ ਹੈਗੀ ਵੀ ਪੁਲਿਸ ਫੜੇ ਫੜੇ, ਜਦਕਿ ਪੁਲਿਸ ਨੂੰ ਮਾਨਯੋਗ ADGP ਸਾਹਿਬ ਕ੍ਰਾਈਮ, ਮਾਨਯੋਗ ਸੁਪਰੀਮ ਕੋਰਟ ਵੀ ਡਾਕਟਰ ਨੂੰ ਜਦ ਤੱਕ ਨੈਗਲੀਜੈਂਟ ਕਲੀਅਰ ਨਹੀਂ ਕੀਤਾ ਜਾਂਦਾ ਪੁਲਿਸ ਉਹਨੂੰ ਅਰੈਸਟ ਨਹੀਂ ਕਰ ਸਕਦੀ, ਉਹਨੂੰ ਹਰਾਸ਼ ਨਹੀਂ ਕਰ ਸਕਦੀ। ਇਹ ਉਹਨੂੰ ਪੁਲਿਸ ਨੂੰ ਨਜਾਇਜ਼ ਤੌਰ 'ਤੇ ਕਰਨ ਉਹਨੂੰ ਹਰਾਸ਼ ਕੀਤਾ ਜਾਵੇ, ਜਿੱਥੋਂ ਤੱਕ ਕਿਹੜੇ ਟੈਂਪਰਿੰਗ ਦਾ ਕਰਾ ਰਹੇ ਨੇਗੇ ਡਾਕੂਮੈਂਟ ਦੇ ਵਿੱਚ। ਆਹ ਡਾਕੂਮੈਂਟ ਨਹੀਂ ਟੈਂਪਰਿੰਗ, P7 ਅਤੇ P10। ਡਾਕਟਰ ਰਾਹੁਲ ਦੀ ਹੀ ਰਾਈਟਿੰਗ ਹੈ, ਡਾਕਟਰ ਰਾਹੁਲ ਨੇ ਹੀ ਦਿੱਤੇ ਨੇ, ਉਹਨਾਂ ਨੇ ਅੰਥੀਸੀਆ ਦੀ ਮੈਡੀਸਨ ਉੱਪਰ ਮੈਂਸ਼ਨ ਕੀਤੀ ਹੋਈ ਆ। ਉਹਨਾਂ ਨੀਚੇ CPR ਸ਼ੁਰੂ ਕੀਤਾ ਗਿਆ ਜਿਹੜਾ ਕਲਰਡ ਹੈ ਸਰ, ਵੀ ਜਿਹੜਾ ਰਾਊਂਡ ਦੇ ਵਿੱਚ ਹੈ ਲਾਈਫ ਸੇਵਿੰਗ ਮੈਡੀਸਨ ਦਿੱਤੀ ਗਈ ਆ, ਜਿਹੜੀ ਕਿ ਇੱਕ ਇਨਸਾਨ ਦੀ ਡਿਊਟੀ ਆ, ਇੱਕ ਡਾਕਟਰ ਦੀ ਡਿਊਟੀ ਆ, ਲਾਈਫ ਸੇਵਿੰਗ ਮੈਡੀਸਨ ਦੇਣ ਨੂੰ ਵੀ ਇਹ ਟੈਂਪਰਿੰਗ ਕਹਿੰਦੇ। ਇਸ ਡਾਕੂਮੈਂਟ 'ਚ ਨਾ ਕੋਈ ਕਟਿੰਗ, ਨਾ ਕੋਈ ਡੋਜ ਵਧਾਈ ਗਈ ਆ, ਵੀ ਕੱਟ ਕੇ ਵਧਾਈ ਗਈ ਆ। ਹਾਂਜੀ, ਅਟੈਕ ਨਹੀਂ ਹੋਇਆ ਤੁਹਾਨੂੰ? ਸੈਕਿੰਡ ਟਾਈਮ ਆਇਆ ਜਦੋਂ ਪਹਾੜ ਨਹਿਰ ਦੇ ਉੱਤੇ, ਇੱਥੋਂ ਅਸੀਂ ਤੋਰਿਆ ਵਿਦ ਵੈਂਟੀਲੇਟਰ, ਐਂਬੂਲੈਂਸ ਵਿਦ ਆਕਸੀਜਨ ਸਿਲੰਡਰ, ਵਿਦ 3 ਕੁਆਲੀਫਾਈਡ ਸਟਾਫ ਆਫ ਦਿਸ ਹੋਸਪਿਟਲ ਟੂ ਕੇਅਰ ਦੀ ਪੇਸ਼ੈਂਟ, ਬਿਕੋਜ਼ ਇਹ ਸਾਡਾ ਰੈਲੇਟਿਵ ਸੀਗਾ, ਸਾਡੇ ਜਮਾਈ ਦਾ ਕਜ਼ਨ ਲੱਗਦਾ ਸੀ। ਇਹ ਸਨ ਸਾਡੇ ਨਾਲ ਡਾਕਟਰ ਰੁਪਿੰਦਰ ਜੀ ਦੇ ਫਾਦਰ ਸਾਹਿਬ, ਜਿਨ੍ਹਾਂ ਦੇ ਬੇਟੇ ਦੇ ਉੱਪਰ ਇਹ ਇਲਜ਼ਾਮ ਲੱਗਿਆ ਹੈ, ਲੇਕਿਨ ਇਹਨਾਂ ਨੇ ਜੋ ਇਹ ਸਾਰੇ ਇਲਜ਼ਾਮ ਹਨ ਸਿਰੇ ਤੋਂ ਹੀ ਨਕਾਰ ਦਿੱਤੇ ਹਨ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਲੜਕੇ ਨੂੰ ਅਟੈਕ ਆਇਆ ਸੀ ਉਹ ਇੱਥੇ ਪਹਿਲੀ ਵਾਰ ਆਇਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਐਂਬੂਲੈਂਸ ਦੇ ਵਿੱਚ, ਜਿਸ ਦੇ ਵਿੱਚ ਕਿ ਵੈਂਟੀਲੇਟਰ ਦੀ ਸੁਵਿਧਾ ਮੌਜੂਦ ਹੈ, ਉਹਨਾਂ ਨੂੰ ਅਮਰ ਹੋਸਪਿਟਲ ਲਿਜਾ ਰਹੇ ਸੀ, ਤਾਂ ਰਸਤੇ ਦੇ ਉੱਪਰ ਜਾ ਕੇ ਭਾਖੜਾ ਨਹਿਰ ਦੇ ਵੀ ਉਸਨੂੰ ਫਿਰ ਇੱਕ ਅਟੈਕ ਆਇਆ, ਉੱਥੇ ਵੀ ਉਹਨਾਂ ਨੂੰ ਮੈਡੀਸਨ ਦਿੱਤੀ ਗਈ ਹੈ। ਤਾਂ ਜੋ ਇਹਨਾਂ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਇਹ ਬੇਬੁਨਿਆਦ ਹਨ, ਅਤੇ ਜੋ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਕਿਹਾ ਹੈ ਕਿ 6 ਘੰਟਿਆਂ ਦੇ ਵਿੱਚ ਕੋਈ ਵੀ ਹੋਸਪਿਟਲ ਜਾਂ ਕੋਈ ਵੀ ਡਾਕਟਰ ਇਹ ਨਹੀਂ ਦੱਸ ਸਕਦਾ ਕਿ ਉਸ ਦੀ ਜੋ ਮੌਤ ਹੈ ਇੱਥੇ ਹੀ ਹੋਈ ਸੀ, ਕਿਉਂਕਿ ਇਹਨਾਂ ਦੇ ਘਰਦਿਆਂ ਦੇ ਇਲਜ਼ਾਮ ਸੀ ਕਿ 2 ਘੰਟੇ ਪਹਿਲਾਂ ਜਦੋਂ ਅਸੀਂ ਅਮਰ ਹਸਪਤਾਲ ਵਿੱਚ ਗਏ ਹਾਂ ਕਿ ਉਦੋਂ ਪਹਿਲਾਂ ਡੈਥ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਇੱਥੇ ਹੋ ਚੁੱਕੀ ਸੀ, ਲੇਕਿਨ ਇਹਨਾਂ ਨੇ ਕਿਹਾ ਕਿ 6 ਘੰਟਿਆਂ ਦੇ ਵਿੱਚ ਕੋਈ ਵੀ ਡਾਕਟਰ ਇਹ ਨਹੀਂ ਕਹਿ ਸਕਦਾ ਕਿ ਡੈਥ ਕਿੰਨਾ ਸਮਾਂ ਪਹਿਲਾਂ ਹੋਈ ਹੈ। ਅਤੇ ਹੁਣ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਜੋ ਮਾਨਯੋਗ ਕੋਰਟ ਹੈ ਉਸ 'ਤੇ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ। ਇਸ ਸੰਬੰਧ ਦੇ ਵਿੱਚ ਜੋ ਇੱਥੇ CDS SHO ਹਨ ਉਹਨਾਂ ਨਾਲ ਗੱਲਬਾਤ ਕਰਾਂਗੇ। ਵੀ ਡਾਕਟਰ ਨੂੰ ਅਰੈਸਟ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਅਸੀਂ, ਵਿਸ਼ਵਾਸ ਦਵਾਇਆ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਉਹ ਪਰਿਵਾਰ ਆਪਸ 'ਚ ਗੱਲ ਕਰ ਰਿਹਾ, ਹੁਣ ਗੱਲ ਕਰਕੇ ਸਾਨੂੰ ਦੱਸਣਗੇ। ਸਰ, ਪਰਿਵਾਰ ਦਾ ਇਲਜ਼ਾਮ ਸੀ ਕਿ FIR ਬਹੁਤ ਲੇਟ ਹੋਈ ਹੈ, ਕੋਰਟ ਜਾਣਾ ਪਏਗਾ ਜੀ, ਉਸ ਤੋਂ ਬਾਅਦ ਕਿਤੇ FIR ਹੋਈ ਹੈ, ਜੇ ਹੁਣ ਹੋਈ ਹੈ ਤਾਂ ਉਸ ਦੀ ਗ੍ਰਿਫਤਾਰੀ ਨਹੀਂ ਹੋ ਪਾ ਰਹੀ? ਨਹੀਂ, FIR ਹੋਈ, ਲੇਟ ਹੋਈ ਹੈ ਨਹੀਂ, ਇਹਦੇ ਬਾਰੇ ਮੈਨੂੰ ਇੰਨਾ ਨਹੀਂ ਪਤਾ, ਮੈਂ ਕਿਉਂ ਅਜੇ 4-5 ਦਿਨ ਪਹਿਲਾਂ ਹੀ ਆਇਆ। ਬਾਕੀ FIR ਦੇ ਮੁਤਾਬਕ ਜੋ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਜਲਦੀ। ਸਰ, ਡਾਕਟਰ ਸਾਹਿਬ ਦੇ ਫਾਦਰ ਸਾਹਿਬ ਕਹਿ ਰਹੇ ਸੀ ਕਿ ਸਾਡੇ ਕੋਲ ਇਹ ਅਧਿਕਾਰ ਹੈ ਡਾਕਟਰਾਂ ਕੋਲ ਕਿ FIR ਹੋਣ ਤੋਂ ਬਾਅਦ ਵੀ ਪੁਲਿਸ ਉਸਨੂੰ ਅਰੈਸਟ ਨਹੀਂ ਕਰ ਸਕਦੀ, ਜਾਂ ਫਿਰ ਹਾਲੇ ਉਹ ਜਿਹਾ ਕਾਨੂੰਨ ਕੋਈ ਆਇਆ ਨਹੀਂ ਗਾ ਜਿੰਨਾ ਚਿਰ ਕੋਈ ਪੱਕਾ ਪ੍ਰੂਫ ਨਹੀਂ ਮਿਲਦਾ ਜੀ? ਕਹਿੰਦੇ ਨਹੀਂ, ਜਦੋਂ FIR ਦਰਜ ਹੋ ਗਈ ਫਿਰ ਤਾਂ ਅਰੈਸਟ ਕਰਾਂਗੇ ਅਸੀਂ, ਪਰ ਉਹਨਾਂ ਨੇ ਬੇਲ ਅਪਲਾਈ ਕੀਤੀ ਹੋਈ ਆ ਕੋਰਟ ਦੇ ਵਿੱਚ ਵਿਚਾਰਦੇ ਹੀ ਨਾ, ਜਦੋਂ ਉੱਥੇ ਕੀ ਡਿਸੀਜਨ ਹੁੰਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਬਿਲਕੁਲ, ਇਹ ਸਨ ਸਾਡੇ ਨਾਲ SHO ਸਾਹਿਬ, ਜਿਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੀ ਜੋ ਭਾਲ ਹੈ ਜ਼ਰੂਰੀ ਹੈ, ਜੋ ਚੱਲ ਰਹੀ ਹੈ, ਜੋ ਉਸਦੀ ਭਾਲ ਹੈ ਉਹ ਚੱਲ ਰਹੀ ਹੈ, ਇਹਨਾਂ ਨੂੰ ਰੇਡ ਵੀ ਕੀਤੀ ਜਾ ਰਹੀ ਹੈ। ਅਤੇ ਜੇ ਕਿਸੇ ਨੂੰ ਕੋਈ ਕਲੂ ਮਿਲਦਾ ਹੈ ਕਿ ਡਾਕਟਰ ਸਾਹਿਬ ਇੱਥੇ ਬੈਠੇ ਹਨ, ਤਾਂ ਇਹਨਾਂ ਵੱਲੋਂ ਅੱਧੀ ਰਾਤ ਨੂੰ ਵੀ ਜੇ ਇਹਨਾਂ ਨੂੰ ਕੋਈ ਫੋਨ ਆਉਂਦਾ ਤਾਂ ਇਹਨਾਂ ਵੱਲੋਂ ਰੇਡ ਕਰੀ ਜਾਵੇਗੀ, ਅਤੇ ਜੋ ਪੀੜਿਤ ਪਰਿਵਾਰ ਹੈ ਉਹਨਾਂ ਦੇ ਨਾਲ ਵੀ ਇਹਨਾਂ ਨੂੰ ਪੂਰੀ ਹਮਦਰਦੀ ਹੈ, ਅਤੇ ਪਰਿਵਾਰ ਨੂੰ ਅਤੇ ਇੱਥੇ ਜੋ ਧਰਨਾਕਾਰੀ ਹਨ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਹੈ ਕਿ ਇਹਨਾਂ ਵੱਲੋਂ ਜੇ ਕਿਤੇ ਕਿਸੇ ਕੋਈ ਜਾਣਕਾਰੀ ਮਿਲਦੀ ਹੈ ਕਿ ਡਾਕਟਰ ਸਾਹਿਬ ਇੱਥੇ ਹਨ, ਤਾਂ ਤੁਰੰਤ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੰਗਰੂਰ ਤੋਂ ਗੁਰਵਿੰਦਰ ਸਿੰਘ, ਗ੍ਰੇਟ ਪੰਜਾਬ TV।